ਅਸਲਾਮ ਵਾਲੇਕਮ। ਹਾਂ ਜੀ, ਸਭ ਦੋਸਤਾਂ ਦਾ ਕੀ ਹਾਲ ਹੈ? ਠੀਕ ਹੋ ਜੀ? ਮਾਸ਼ਾਅੱਲਾ, ਅੱਜ ਜੀ ਕੱਪ ਦੀ ਦੂਸਰੀ ਉਡਾਨ ਹੈ ਜੀ। ਮੈਂ ਕਿਹਾ ਭਾਈਆਂ ਨੂੰ ਫਿਰ ਲਾਈਵ ਸ਼ੋਅ ਕਰਾ ਦੇਈ ਹੈ ਸਰਕਾਰ ਜੀ। ਮਾਸ਼ਾਅੱਲਾ ਜੀ, ਕਬੂਤਰਾਂ ਨੂੰ ਮੋਹਰਾਂ ਲੱਗਣ ਲੱਗੀਆਂ ਜੀ। ਦੇਖੋ ਜੀ, ਨਾ ਜੀ, ਮਾਸ਼ਾਅੱਲਾ। ਹਾਂ ਜੀ, ਕਾਸ਼ਿਫ ਸਾਹਿਬ ਸਾਹਿਬ, ਸੁਣਾਓ, ਤਿਆਰੀ ਹੈ ਜੀ? ਚਲੋ ਜੀ, ਅੱਲਾ ਖੈਰ ਕਰ। ਦੂਸਰੀ ਫੜਕ ਹੈ ਜੀ। ਆ ਜੀ, ਮਾਸ਼ਾਅੱਲਾ ਜੀ, ਪਹਿਲੇ ਕਬੂਤਰ ਜੀ ਨੂੰ ਲੱਗ ਗਿਆ ਜੀ ਮੋਰ। ਸ਼ਿਰਾਜ ਸ਼ਾਹ ਸਾਹਿਬ, ਵਾਲੇਕਮ ਸਲਾਮ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੋ? ਕਾਸ਼ਿਫ ਸਾਹਿਬ, ਕਿੰਨੇ ਕੱਪਾਂ ਚੋ ਅੱਜ? ਚਲੋ ਮਾਸ਼ਾਅੱਲਾ ਹੈ ਜੀ। ਸੱਤ ਸੱਤ ਕਬੂਤਰ ਜੀ? ਠੀਕ ਹੋ ਗਏ। ਫਰਖੁੱਲਾ ਸਾਹਿਬ, ਵਾਲੇਕਮ ਸਲਾਮ ਜੀ। ਇਹ ਬੰਬ ਬੋਲਦਾ ਚਲੋ ਚੱਸ ਲੈਣ ਦੇ ਉਸ। ਜੀ ਵਾਲੇਕੁਮ ਸਲਾਮ ਤਿਕੁਰ ਰਹਿਮਾਨ ਭਾਈ। ਜ਼ੈਨ ਭਾਈ, ਪਰਸੋਂ ਬਣੇ ਥੇ 56 ਘੰਟੇ। ਮਾਸ਼ਾਅੱਲਾ, ਪਹਿਲੀ 10 ਛੱਤੋਂ ਮੀ ਹੈ ਤੋ ਆਜ 15 ਛੱਤੇ ਸੇ ਫੋੜ ਰਹੀ ਹੈ। ਉਸ ਦਿਨ 30 ਛੱਤੇ ਦੀ 15 ਪਿੱਛੇ ਚਲੀ ਗਈ ਹੈ ਤੋ 15 ਛੱਤੇ ਆਜ ਕੇ ਲਈ ਉੜ ਰਹੀ ਹੈ ਜਨਾਬ ਜੀ। ਮੋਹਰੇ ਲੱਗ ਗਈਆਂ ਜੀ ਸਭ ਕੋਈ, ਇਹ ਮੁਸਬ ਆਈਆਂ ਜੀ। ਬਸ ਜੀ, 5-6 ਮਿੰਟ ਰਹਿ ਗਏ ਜੀ ਪੱਲੇ ਕੋ। ਉਹ ਖੈਰ ਨਿਕਲ ਗਏ ਤਾਂ ਕੀ ਹੈ ਜਵਾਬ ਸਾਹਿਬ? ਮਾਸ਼ਾਅੱਲਾ ਜੀ, ਰਹਿ ਗਏ 5 ਮਿੰਟ ਰਹਿ ਗਏ ਪੱਲੇ ਕੋ, ਮੋਹਰੇ ਲੱਗ ਗਈ। ਇਹ ਮਾਸ਼ਾਅੱਲਾ ਜੀ, ਗਾਂਵ ਵਾਲੇ ਕਾ ਵਿਊ ਹੈ ਜੀ। ਮਾਸ਼ਾਅੱਲਾ, ਉਹ ਸਾਹਮਣੇ ਛੱਤ ਹੈ ਜੀ। ਇੱਕ ਉਹ ਬਾਹਰ ਵੀ ਹੈ ਜੀ, ਨਿਕਾਲਣੇ ਲੱਗੇ ਜੀ। ਮਾਸ਼ਾਅੱਲਾ, ਨਿਕਲ ਰਹੇ ਜੀ।
जी तीन कबूतर उड़ उड़ गए हैं जी। चलो चार में जी सान भाई परसों 56 घंटे बने थे जनाब। वे रोटीन है इसकी से तरह वो ये रूटीन है दी, वो ये आदत है दी शुरू तो इससे तरी। वैसे तो नहीं परसों सानू पता नहीं सी नहीं रूटीन का ਕੁਰਬਾਈਆਂ ਦਾ ਕੀ ਆਈ ਨਾਲ ਲੱਗ ਕੁਰਬਾਈਆਂ ਦਾ ਲੱਗੇ ਇਹਨਾਂ ਨੂੰ ਨਾ ਜਾਂ ਤਾਂ ਕੋ ਪੱਲੀ ਨੂੰ ਨਾ जी वो माशाल्लाह जी ऊपर चले गए हैं जी। आ गया ने ना जी। माशाल्लाह जी बहुत ऊंचे निकल गए जी बुलंदी में, तो इंशाल्लाह जब वापसी पे आएंगे तो ऑफलाइन ऑनलाइन आएंगे जी। आधे घंटे तो 8 घंटे।